ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀ ਵੀਡੀਓ ਹੈਗੀ ਆ ਸਾਡੀ ਸਾਰਿਆਂ ਦੀ ਅਤੇ ਸਾਡੇ ਘਰਾਂ ਦੇ ਬਚਾਅ ਵਾਸਤੇ ਹੈਗੀ ਆ। ਜਿਵੇਂ ਬੀਤੀ ਰਾਤ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਅਤੇ ਅਸਮਾਨੀ ਬਿਜਲੀ ਕੜਕ ਰਹੀ ਸੀ, ਜਿਹਦੇ ਨਾਲ ਸਾਡੇ ਪਿੰਡ ਇੱਕ ਘਰ ਦੇ ਉੱਤੇ ਬਿਜਲੀ ਡਿੱਗੀ ਅਤੇ ਕਾਫੀ ਬਿਜਲੀ ਦੇ ਅੰਪਲਾਇੰਸ ਦਾ ਨੁਕਸਾਨ ਹੋਇਆ ਹੈਗਾ। ਬੱਲਬ ਕਾਫੀ ਸੜ ਗਿਆ ਹੈ ਅਤੇ ਆ ਦੇਖੋ ਇਲੈਕਟ੍ਰਿਕ ਜਿਹੜਾ ਬੋਰਡ ਸੀਗਾ, ਸਵਿਚਿਸ ਸਾਰੇ ਪੱਟ ਹੋ ਗਏ, ਕਾਫੀ ਮਤਲਬ ਨੁਕਸਾਨ ਹੋਇਆ। ਬਟ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਅਣਹੋਣੀ ਨਹੀਂ ਹੋਈ ਹੈਗੀ। ਅਤੇ ਆਹ ਦੇਖੋ ਬੋਰਡ ਸੜ ਗਿਆ, ਪੱਖੇ ਦੇ ਕਨੈਕਸ਼ਨ ਸੜ ਗਏ, ਬੱਲਬ ਸੜ ਗਏ, ਕਾਫੀ ਨੁਕਸਾਨ ਹੋਇਆ ਹੈਗਾ। ਅਤੇ ਬਿਜਲੀ ਸੀਕਰ ਜਿਹੜੀ ਟੈਂਕੀ ਸੀਗੀ ਉੱਥੇ ਪਈ ਹੈਗੀ ਅਤੇ ਨੀਚਿਓਂ ਡੈਸ਼ ਵਾਲੀ ਤਾਰਾਂ ਦੇ ਥਾਣੀ ਆ ਕੇ ਰੂਮ ਤੱਕ ਉਹਨੇ ਮਾਰ ਕੀਤੀ ਹੈਗੀ ਆ, ਕਾਫੀ ਨੁਕਸਾਨ ਹੋਇਆ ਹੈਗਾ ਅਤੇ ਤਾਰਾਂ ਵੀ ਡੈਸ ਦੀਆਂ ਸੜ ਗਈਆਂ। ਅਤੇ ਬੇਨਤੀ ਇਹ ਹੈ ਕਿ ਇੱਦਾਂ ਦੀ ਜਿਹੜੀ ਅਣਹੋਣੀ ਹੁੰਦੀ ਹੈਗੀ ਆ, ਬਿਜਲੀ ਜਿਹੜੀ ਪੈਂਦੀ ਉਹ ਤੋਂ ਬਚਣ ਵਾਸਤੇ ਜਦੋਂ ਵੀ ਕੋਠੀ ਮਕਾਨ ਬਣਦੇ ਹੈਗੇ ਆ ਅਤੇ ਉੱਤੇ ਇੱਕ ਰੋਡ ਲਗਾਉਂਦੇ ਹੁੰਦੇ ਆ, ਅਰਥ ਵਾਲੀ ਰੋਡ ਜਿਹਨੂੰ ਲਾਈਟਿੰਗ ਕੰਡਕਟਰ ਕਹਿੰਦੇ ਆ, ਜਿਹੜੀ ਛੱਤ ਤੋਂ ਲੈ ਕੇ ਧਰਤੀ ਤੱਕ ਜਾਂਦੀ ਹੈਗੀ ਆ, ਜਿਹਦੇ ਨਾਲ ਇਹ ਅਸਮਾਨੀ ਬਿਜਲੀ ਤੋਂ ਬਚਾਅ ਹੋ ਸਕਦਾ, ਕੋਈ ਅਣਹੋਣੀ ਤੋਂ ਬਚਾਅ ਹੋ ਸਕਦਾ ਹੈਗਾ, ਉਹ ਜ਼ਰੂਰ ਲਗਵਾਓ। ਅਤੇ ਆਹ ਦੇਖੋ ਕਿੱਦਾਂ ਜਿਹੜੇ ਸਵਿੱਚ ਸੀਗੇ, ਆਹ ਦੇਖੋ ਅੰਦਰਲਾ ਕਮਰਾ, ਇਹਦੇ ਵਿੱਚ ਵੀ ਬਿਜਲੀ ਨੇ ਮਾਰ ਕੀਤੀ ਹੈਗੀ ਆ। ਅਤੇ ਜਿਹੜਾ ਲਾਈਟਨਿੰਗ ਕੰਡਕਟਰ ਹੁੰਦਾ ਹੈਗਾ ਜ਼ਰੂਰ ਲਗਵਾਉਣਾ ਹੈਗਾ, ਅਗਰ ਤੁਹਾਡਾ ਮਕਾਨ ਪਹਿਲਾਂ ਹੀ ਬਣਿਆ ਹੈਗਾ ਆਪਣੇ ਇਲੈਕਟ੍ਰੀਸ਼ੀਅਨ ਨਾਲ ਗੱਲ ਕਰਕੇ ਉਹ ਜ਼ਰੂਰ ਲਗਾਓ, ਤਾਂ ਕਿ ਅਗਰ ਪਵੇ ਵੀ ਅਸਮਾਨੀ ਬਿਜਲੀ ਤਾਂ ਉਹ ਅਰਥ ਹੋ ਸਕੇ ਗਰਾਊਂਡ ਤੱਕ, ਮਤਲਬ ਧਰਤੀ ਵਿੱਚ। ਅਤੇ ਕਿਰਪਾ ਕਰਕੇ ਜਿਹੜੀ ਵੀਡੀਓ ਹੈਗੀ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਨੂੰ। ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।